يا أيها الذين آمنوا استعينوا بالصبر والصلاة إن الله مع الصابرين صدق الله مولانا العظيم وصدق رسوله النبي الكريم الأمين إمدادكن إمدادكن أدرن جو غم آزادكن در دین و دنیا شاد کن یا غوث اعظم دستگیر گنج بخشے فیض عالم مظہر نور خدا نا کے سارا پیر کامل کاملا را رہنما خواجہ امیر الدین ولی قطب عالم پناہ بہالے ماغریباں ہو خدا را یک نگاہ ان اللہ و ملائکتہ یصلون علی النبی يا أيها الذين آمنوا صلوا عليه وسلموا تسليما مل کے پڑھیے الصلاة والسلام عليك يا وعلى آلك وصحابك يا سيدي يا جی کرتا ہے دردانوں دنیا تے کھلارے جی کر دے دردانو دنیا تے کھلار دیا شبیر تیرے غم تو غم دنیا تے وار دیا شبیر تیرے غم تو غم دنیا تے وار دیا امام حسین کیا نام دی محبت نہیں امام حسین کیا محبت دے جی کر دے نانے دی محبت دا ہر قرض اتار دیا شبیر تیرے غم تو غم دنیا دیوار دیا اصغر نو دفن کر کے سید نے کیا مولا اصغر نو دفن کر کے سید نے کیا مولا سو اصغر جے ہو توار دیا سو اصغر جے ہووے تیرے نام توار دیا جی کر دے دردانو دنیا تے کھلار دیا چل دیا شبیر دے لولو تے چھڑیاں سن چل دیا گر زہرا دے بس دے نو ہتھی چندرے مار دیا کر زہرا دے بس دے نو
हथी जंदे रे मार दया जी कर दे दरदानो दुनिया ते खलार दया रब जान की सैयद दी हमें शीर ते परत गया रब जान की सैयद दी हमें शीर ते परत गया सिर वीर दा पाजोनी जुल्फान सवार दया सिर वीर दा पाजोनी जुल्फान सवार दया जी कर दे दरदानो दुनिया ते खलार दया शबीर तेरे ਸੁਨਾ ਤੋਂ ਬਾਅਦ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੀ ਜ਼ਾਤ ਮੁਬਾਰਕਾ ਤੇ ਦਰੂਦੋ ਸਲਾਮ ਦਾ ਨਜ਼ਰਾਨਾ ਅਰਜ਼ ਕਰਨੇ ਤੋਂ ਬਾਅਦ ਵਾਜਿਬੁਲ ਇਹਤਰਾਮ ਮੁਅੱਜ਼ਜ਼ ਉਲਾਮਾਏ ਕਿਰਾਮ ਨਾਤ ਖਾਨਾਨੇ ਸ਼੍ਰੀ ਬਿਆਂ ਬਾਨੀਆਂ ਦੇ ਮਹਿਫਿਲ ਲਤੀਫ ਮਹਿਫਿਲ ਜ਼ੇਰੇ ਨਿਗਰਾਨੀ ਹਜ਼ਰਤ ਅਲਾਮਾ ਮੌਲਾਨਾ ਦਾਈ ਫਿਕਰ ਰਜ਼ਾ ਪਾਸਬਾਨ ਮਸਲਕ ਰਜ਼ਾ ਪ੍ਰੋਫੈਸਰ ਮੁਹੰਮਦ ਉਮਰ ਸਾਹਿਬ ਦਾਮਦ ਬਰਕਾਤਮੁ ਲਾਲੀਆ आप तशरीफ फरमाने और दीगर जितने भी उलमाए किराम तशरीफ फरमाने अल्लाह करीम सारे दा साया तादेर सारा ते कायम दायम फरमाए और बिलखसूस मियाँ मुहम्मद इशफाक साहेब मुहम्मद बकास साहेब मुहम्मद अब्दुल्ला साहेब और जितने भी दीगर मियाँ बरादरान ने पिछले साल की तरह इस साल भी नबी पाक अलैहि सलाम दे जिक्र दी महफिल नूं सजाया अल्लाह करीम सारे दी काविश नूं कबूल फरमाए अज दी महफिल पाक दी वीडियो ए ਗੰਜਬਖ ਸਾਊਂਡ ਆਫੀਸ਼ੀਅਲ ਪੇਜ ਹੈ ਸਾਡਾ ਆਪਣਾ ਉਹਦੇ 'ਤੇ ਵੀ ਅਪਲੋਡ ਕੀਤੀ ਜਾਏਗੀ ਉਸ ਤੋਂ ਬਾਅਦ ਮਲਕ ਨਿਸਾਰ ਰਵਾਨ ਸਾਹਿਬ ਮਾਸਟਰ ਰਿਕਾਰਡਿੰਗ ਵਾਲੇ ਉਹਨਾਂ ਨਵਾਂ ਚੈਨਲ ਬਣਾਇਆ ਮਾਸਟਰ ਨਿਊਜ਼ ਦੇ ਨਾਮ ਤੋਂ ਉਹਦੇ ਉੱਤੇ ਵੀ ਅੱਜ ਦੀ ਮਾਫਿਲ ਪਾਕ ਦੀ ਵੀਡੀਓ ਇਹ ਆਪ ਅਬਾਬ ਨੂੰ ਵੇਖਣ ਵਾਸਤੇ ਮਿਲੇਗੀ ਤਮਾਮੀ ਅਬਾਬ ਵੀ ਜ਼ਰੂਰ ਕਰਿਆ ਜੇ ਮੇਰੇ ਜ਼ਿੰਮੇ ਉਨਵਾਨ ਲਗਾਇਆ ਗਿਆ ਬਾਕੀ ਹੈ ਕਰਬੋ ਬਲਾ ਉਹ ਨਾਲ ਮੈਨੂੰ ਹੁਕਮ ਕੀਤਾ ਗਿਆ ਕਿ ਹਜ਼ਰਤ ਗੌਸੇ ਪਾਕ ਰਜ਼ੀ ਅੱਲਾਹੁ ਤਾਲਾ ਨੂੰ ਆਪ ਦੀਆਂ ਕਰਾਮਾਤ ਵੀ ਅੱਦ ਕਰਨੀਆਂ ਨੇ ਮੈਂ ਕੋਸ਼ਿਸ਼ ਕਰਾਂਗਾ ਕਿ ਥੋੜ੍ਹੇ ਵਕਤ ਦੇ ਅੰਦਰ ਦੋਨੋਂ ਬਾਤਾਂ ਹੀ ਕੀਤੀਆਂ ਜਾਣ ਕੁਰਾਨ ਮਜੀਦ ਦੀ ਮਕਾਨ ਹਮੀਦ ਦੀ ਆਇਤ ਕਰੀਮਾ ਤਿਲਾਵਤ ਕਰਨ ਦਾ ਸ਼ਰਫ ਹਾਸਲ ਕੀਤਾ ਖਾਲਿਕ ਕਾਇਨਾਤ ਨੇ ਫਰਮਾਇਆ ਯਾ ਅਯੂਹਲ ਲਦੀਨ ਆਮਨੂ ਐ ਇਮਾਨ ਵਾਲੋ ਇਸਤਾਈਨੂ ਬਿਸਬਰੀ ਵਸਲਾ ਮਦਦ ਤਲਬ ਕਰੋ ਸਬਰ ਕੋਲੋਂ ਤੇ ਨਿਮਾਦ ਕੋਲੋਂ ਇਨ ਅੱਲਾਹ ਮਹਾਸਾਬਰੀਨ ਬੇਸ਼ੱਕ ਅੱਲਾਹ ਸਬਰ ਵਾਲਿਆਂ ਦੇ ਨਾਲ ਏ ਇਮਾਨ ਵਾਲਿਆਂ ਨੂੰ ਹੁਕਮ ਦਿੱਤਾ ਗਿਆ ਕਿ ਯਾ ਅਯੂਹਲ ਲਦੀਨ ਆਮਨੂ ਐ ਇਮਾਨ ਵਾਲੋ ਇਸਤਾਈਨੂ ਬਿਸਬਰੀ ਵਸਲਾ ਮਦਦ ਤਲਬ ਕਰੋ ਸਬਰ ਤੇ ਨਿਮਾਦ ਕੋਲੋਂ ਇਮਾਨਦਾਰੀ ਦੇ ਨਾਲ ਦੱਸੋ ਜੇ ਸਬਰ ਤੇ ਨਿਮਾਦ ਕੋਲੋਂ ਮਦਦ ਲੈਣਾ ਜਾਇਜ਼ ਏ ਫਿਰ ਹਜ਼ਰਤ ਦਾਤਾ ਅਲੀ ਹਜਵੇਰੀ ਕੋਲੋਂ ਵੀ ਮਦਦ ਲੈਣਾ ਜਾਇਜ਼ ਏ ਫਿਰ ਹਜ਼ਰਤ ਖਾਜਾ ਮੋਇਨੁਦੀਨ ਚਿਸ਼ਤੀ ਅਜਮੇਰੀ ਰਜ਼ੀ ਅੱਲਾਹੁ ਤਾਲਾ ਨੂੰ ਆਪ ਕੋਲੋਂ ਵੀ ਮਦਦ ਮੰਗਣਾ ਜਾਇਜ਼ ਏ ਫਿਰ ਮਦੀਨੇ ਵਾਲੇ ਮਾਹੀ ਕੋਲੋਂ ਵੀ ਮਦਦ ਲੈਣਾ ਜਾਇਜ਼ ਏ ਨਬੀ ਪਾਕ ਦੀ ਸਲਾਮ ਦੇ ਗੁਲਾਮੋ ਇਸ ਆਇਤ ਨੂੰ ਲੈ ਕੇ ਜੇ ਕਰਬਲਾ ਦੇ ਮੈਦਾਨ ਚਲੀਏ ਤੇ ਮੇਰੇ ਹੁਸੈਨ ਪਾਕ ਕਰਬਲਾ ਦੇ ਮੈਦਾਨ ਚ ਆਇਤ ਦੀ ਤਫਸੀਰ ਕਰਦੇ ਨਜ਼ਰ ਆ ਜਾਏ ਕਿਉਂ ਤਫਸੀਰ ਨਾ ਕਰੇ ਉਸ ਬਾਪ ਦੀ ਗੋਦੀ ਚ ਪਲ ਕੇ ਜਵਾਨ ਹੋਏ ਜਿਸ ਬਾਪ ਦੇ ਬਾਰੇ ਫਰਮਾਇਆ ਕਿ ਅਲੀ ਮਾਲ ਕੁਰਾਨ ਕੁਰਾਨ ਮਾਲ ਅਲੀ ਅਲੀ ਕੁਰਾਨ ਨਾਲੇ ਤੇ ਕੁਰਾਨ ਅਲੀ ਨਾਲੇ ਜਿਹੜਾ ਅਲੀ ਦਾ ਕੁਝ ਨਹੀਂ ਲੱਗਦਾ ਉਹ ਕੁਰਾਨ ਦਾ ਕੁਝ ਨਹੀਂ ਲੱਗਦਾ ਜਿਹੜਾ ਕੁਰਾਨ ਦਾ ਕੁਝ ਨਹੀਂ ਲੱਗਦਾ ਮੇਰੇ ਅਲੀ ਦਾ ਵੀ ਕੁਝ ਨਹੀਂ ਲੱਗਦਾ ਉਸ ਬਾਪ ਦੀ ਗੋਦੀ ਚ ਪਲ ਕੇ ਆਕਾ ਹੁਸੈਨ ਜਵਾਨ ਹੋਏ ਨਬੀ ਕਰੀਮ ਅਲੈਹਿ ਸਲਾਮ ਦੇ ਗੁਲਾਮੋ ਦੇ ਕਰਬਲਾ ਦੇ ਮੈਦਾਨ ਚਲੀਏ ਤੇ ਹੁਸੈਨ ਪਾਕ ਇਸ ਆਇਤ ਪਾਕ ਦੀ ਤਫਸੀਰ ਕਰਦੇ ਨਜ਼ਰ ਆ ਰਹੇ ਮੇਰੇ ਆਕਾ ਹੁਸੈਨ ਦਾ ਕਾਫਿਲਾ ਮਦੀਨੇ ਤੋਂ ਚੱਲ ਕੇ ਮੱਕੇ ਆਇਆ ਮੱਕੇ ਤੋਂ ਚੱਲ ਕੇ ਕਰਬਲਾ ਦੇ ਮੈਦਾਨ ਜਾ ਕੇ ਖੈਮੇ ਲੱਗ ਗਏ ਇੱਕ ਪਾਸੇ ਯਜ਼ੀਦੀਆਂ ਦਾ ਲਸ਼ਕਰ ਇੱਕ ਪਾਸੇ ਮੇਰੇ ਆਕਾ ਹੁਸੈਨ ਦਾ ਕਾਫਿਲਾ ਹੈ ਹੁਣ ਨਮਾਜ਼ ਉਧਰ ਵੀ ਪੜੀ ਜਾ ਰਹੀ ਤੇ ਨਮਾਜ਼ ਇਧਰ ਵੀ ਪੜੀ ਜਾ ਰਹੀ ਉਹ ਵੀ ਦਾਵਾ ਕਰਦੇ ਨੇ ਕਿ ਮੁਸਲਮਾਨ ਆ ਇਹਨਾਂ ਦੇ ਘਰ ਦਾ ਇਮਾਨ ਹੈ
अल्लाह फरमाता है ईमान वाले हो मदद तलब करो सबर कोलो ते निमाद कोलो ते हो सकते करबला दे मैदान च किसे यजीद नु ख्याल आंदा कि असी निमादियां ए साडी गल है लेकिन अगे जाके अल्लाह दे कुरान ने बंद कर दी फरमाया इन अल्लाह मा असाबिदीन बेशक अल्लाह सबर वाले नाल है। नहीं उच्चा बोलो कुछ नहीं होता वदी नु सते खैर सारे बोलो सुभान अल्लाह बेशक अल्लाह सबर वाले नाल है। करबला दे मैदान च हो सकता है किसी यजीदी नु ख्याल आंदा कि असी ईमान वाले हां ते असी निमादी भी हां असी सच्चे हां ते इत्थे साडी गल कीती जा रही है क्योंकि असी निमाद पे पढ़ने हां लेकिन हुण करबला दे मैदान च फर्क वेखो है कितना एक पासे यजीदियां दे खैमे ते एक पासे मेरे आका हुसैन दा लश्कर है। हुण इस आयत नु लेके ते करबला दे मैदान च चलीए ते अली दा पुत्र कुरान दी तफसीर पे करदा है तो अल्लाह करीम ने फरमाया अय्युह अल्लज़ीना आमनू इस्तईनु बिस्सबर वस्सलाह इन्नल्लाह मअस्साबिरीन। अल्लाह ने फरमाया ईमान वालियो सबर से निमाद कोलो मदद लिया दे कौमे दे बादी दे गलामो आइए से आयत लेके करबला दे मैदान चलिए एक पासे आका हुसैन दा काफिला है एक पासे यजीदियां दा लश्कर करबला दा मैदान इधर भी नमाज पढ़ी जा रही उधर भी नमाज पढ़ी जा रही हो सकता है करबला दे मैदान अंदर किसे यजीदी नु ख्याल आउंदा मैं नमाजियां मैं सच्चा पर करबला दे मैदान च फर्क की नमाज इधर भी पढ़ी जा रही नमाज उधर भी पढ़ी जा रही इना यजीदियां नाल नमाज भी पढ़ी है नमाज पढ़ के अली दे पुत्रां दे अली दे पोतरियां नु शहीद कीता है इना नमाज पढ़ के 18 साल दे अकबर दे सीने च तीर मारिया है मेरा हुसैन नमाज भी पिया पढ़दा है मेरा हुसैन सबर भी पिया करदा इन्होंने नमाज भी पढ़ी है गादी अब्बास ने बादू भी उतार दीते अली दा पुत्र नमाज भी पढ़ी जा रही है सबर भी करी जा रहा है इन्होंने नमाज पढ़ के 6 महीने दे पुत्र दे गले च तीर मारिया मेरा हुसैन नमाज भी पढ़ी जा रहा सबर भी करी जा रहा हो सकता किसी यजीदी नु ख्याल आउंदा ये ते साडी गल है असी निमादियां अगे जाके अल्लाह दे कुरान ने बंद भी कर दी थी अल्लाह ने फरमाया इन्नल्लाहा मअस्साबिरीन अल्लाह ने फरमाया बेशक अल्लाह सबर वालिया नाल है अल्लाह सबर वालिया नाल है अल्लाह सबर वालिया नाल है अल्लाह दा कुरान बंद करके दसना चाह रहे यजीदियो किधरे भुलेखे चना रहे हो तुसी निमाद पढ़ के जुलम कर दे रे ओ पुत्रां दे लाशे चुक के सबर करदा रे अल्लाह सबर वालिया नाल है अल्लाह दा कुरान दसना चाह रहे अल्लाह कल भी हुसैन दे नाल सी अल्लाह अज भी हुसैन दे नाल अल्लाह कल भी हुसैन दे नाल सी अल्लाह आज भी हुसैन दे नाल है इसे वादे सुनी भी आका हुसैन दा नारा मार के कहंदा मौला अली दी जान ते बाली
دے غلامے کون حسین ایک دیانے نبی کریم سیدہ دارا دے گھر دے دروازے تو گزر کے جا رہے ادھر بچے دے رون دی آواز آ رہی میرے آقا نے فرمایا بیٹی فاطمہ اندر کون روندا آئی عرض کیتی بابا میں کام پئی کرنی ہاں حسین پیا روندا ہے میرے آقا نے فرمایا بیٹی حسین سینے لال ہے جو تو حسین روندا آئی محمد دا گلے جا دکھدا آئی میرے آقا نے فرمایا حسین روندا آئی محمد دا گلے جا دکھدا آئی او حسین جڑا ماں دی گودی چ رووے میرے نبی کولو ویکھیا نہیں جاندا میرے آقا دا آقا حسین دے نال کنا پیار ہے نبی کریم دے غلاموں کڈا نصیبا والا حسین جدا کھیڈن نو دل کردا ہے کدے ماں فاطمہ دی گودی چ کھیڈدا ہے جدا کھیڈن نو دل کردا ہے کدے چڑھ کے نانے دے موڈیاں تے کھیڈدا میرے آقا حسین نبی کریم دے قدیاں تے چڑھ کے کھیڈ دے चाचा भतीजे जेड़ा मोडिया ते चुकद करके कदम पकड़ लैंदा जिन्हें मोडिया ते जेड़ा मोडिया ते बैठा होंदा दस्तार पकड़ लैंदा میرے آقا حسین اپنے نانا جان دے کندھے دی سواری کی تھی ہن میں کہنا چاہنا جدو نواسا نانے دے کندھیاں تے بیٹھے میرے آقا نے آقا حسین دے قدم پکڑ لے نے آقا حسین نے اپنے نانا جان دی دستار پکڑ لئی اج لوگ کہندے نے کربلا دے میدان چ پتر چلا گئے علی دا لال ڈولیا نہیں غازی عباس دے بازو قلم ہو گئی علی دا لال ڈولیا نہیں سیدہ زینب دے پتر سپاہی ہو گئے حسین ڈولیا نہیں چھ مہینے دا پتر ہتھاں چ دم توڑ گیا حسین ڈولیا نہیں میں کہ ظالماں حسین کیویں ڈول سکدا ائی وعدے دے مدینہ طیبہ دیاں گلیاں چ ہو گئے میرے آقا حسین نانا جان دے قدیاں تے بیٹھ کے میرے نبی دی دستار پکڑ لئی میرے آقا نے حسین دے قدم پکڑ لئے تے مدینہ طیبہ دی گلی چ نانے دے نال وعدہ کر لیا عرض کیتی نانا تسی قدم پکڑے نے میں دستار پکڑی نانا قدم تیرے دستار میرے ذمے قدم تیرے ذمے دستار میرے ذمے عرض کیتی نانا جی تسا قدم پکڑے نے میں دستار پکڑی ہے قدم تسی نہ ڈولن دیا جے دستار بچانا حسین دا کام نانا جان دے کندھیاں تے بہ کے حضور دی دستار پکڑ لی میری سرکار نے قدم پکڑ لے عرض کیتی نانا قدم تسا پکڑے دستار میں پکڑی ہے قدم تہاڈے ذمے تے دستار میرے ذمے قدم تسی نہ ڈولن دیو تے دستار بچانا حسین دا کام ہے پھر کربلا دے میدان وچ کیند دی نانے دی دستار دی لاج رکھی ہے دیکھے دنیا دے حضرت سخی سلطان نے باہو دی پھر روح تڑپ گئی آپ نے نقشہ کھچیا کہ علی دے لال نے کربلا دے میدان وچ نانے دی پگ دی کیند دی لاج رکھی تو عارفاں دے سلطان فرماندے نے جے کر دین I'm
सड़े फिर पानी क्यों बंद कर दे सादक दीन ओनादा बाहो ते जेड़े सिर कुर्बानी कर मालिका मैं तेरे को फैसला कराना चाहनी हाँ चार मोती आ गए तख्ती बड़ी सोनी पाने दे बाली दे गलामो सैयदा दारा ने ऐज करके मोती आसमाना बल सुटे तीन मोती इमामे हसन दी तख्ती ते आ गए तीन हुसैन दी तख्ती ते आ गए सतवा मोती हवा दे दरमियान खड़ा है अल्लाह फरमाया जबरील या अल्लाह हुक्म होवे फरमाया जल्दी जागे सतवे मोती ते दो टोटे कर दे अदा हसन दी तख्ती ते आ जे अदा हुसैन दी तख्ती ते आ खैर बशर किया तारा हुसैन है शर की आंख का तारा हुसैन है खैरुल बशर की आंख का तारा हुसैन है जहरा का दिल आराम दुलारा दुलारा
हुसैन तो जरूरत है कौम की, हर कौम कह रही है हमारा हुसैन है, हर कौम कह रही है हमारा, ये हमारा हुसैन है, खैरुल बशर किया फौजियों दिता जाता है। हुण नबी दे यार दे सामने माल पिया ना, फौजी आना शुरू हो गए, ते जिहड़ा सब तो पहला फौजी आया ना, उस फौजी का नाम इमामे हसन है। आकद की قال يا امير المؤمنين اے امير المؤمنين میرا حق مینوں دیو میرا حق حضرت عمر فاروق فرمایا 1000 درہم دے دیو کنے آپ چلے گئے تھوڑی دیر گزری دوسرا فوجی آیا ہے اس فوجی دا نام حسین ہے آکد کی قال يا امير المؤمنين اے امير المؤمنين میرا حق مینوں دیو अच्छा इतने अजीम जिहा नुकता देना चाहना मेरे हुसैन का किसी नूं अमीर उल मोमिनीन कहना एक मामूली गल है। ऐ अमीर उल मोमिनीन मेरा हक मैनूं दिओ। इस फौजी का नाम है अब्दुल्ला बिन उमर। यह हजरत उमर फारूक का अपना पुत्र है। आके अर्ज कीती अमीर उल मोमिनीन मेरा हक मैनूं दिओ। फरमाया 500 दिरहम दिओ। किन्ने बोलो बोलो किन्ने 500 दिरहम। जो 500 मिले ना तो हजरत अब्दुल्ला बिन उमर बोल के कहने लगे अब्बा जी इमामे हसन ते हुसैन दी वारी आई ते 1000 ते मेरी वारी आई ते 500, वजह की है। अगो जवाब सुनो हजरत उमर फारूक रजी अल्लाह तआला नो आपने की जवाब दिता। कौन है दीवानी दे गुलामो? अब्दुल्ला बिन उमर कहने लगे बाबा जो मेरी वारी आई मैनू 500 दिरहम दे दे, इमामे हसन दी वारी आई ते 1000 दिरहम दे, इमामे हुसैन दी वारी आई उन्हां नूं 1000 दिरहम दे रे। बाबा जी मैं ते बड़ा पुराना फौजी आं, मैं जगह ते जाके उदों तलवार चलाई है जदों आका हुसैन ते हसन दा बचपन दा जमाना है। कि फलाने यदरू जाने फी सिकल मदीना ते, इमामे हसन ते हुसैन निके निके बच्चे मदीने दी गली च खेडदे रे। मैं ते उदों जगह हुसैन दे बाप दी वरगा बाप लैके आ, जे 1000 दिरहम लैणे हुसैन दी मां फातिमा वरगी मां लैके आ, जे 1000 दिरहम लैणा ई हुसैन दी नानी खदेजा वरगी नानी लैके आ, जे 1000 दिरहम लैणे हुसैन दे नाने मोहम्मद वरगा नाना लैके आ। हजरत अब्दुल्ला बिन उमर दियां अखां चों अथरू हुसैन।
ਸੈਯਦ ਜ਼ੈਨਬ ਵੀਰ ਦੇ ਕਰੀਬ ਬੈਠੀਆਂ ਮੇਰੇ ਆਕਾ ਹੁਸੈਨ ਤਲਵਾਰ ਸਾਫ਼ ਕਰਦੇ ਕਰਦੇ ਆ ਨਾ
ਐਨ ਕਰਕੇ ਪੇਸ਼ਾਨੀ ਮੁਬਾਰਕ ਤਲਵਾਰ ਦੇ ਨਾਲ ਲਈ ਤੇ ਊਂ ਗਾ ਗਈ ਤੇ ਨੀਂਦ ਦਾ ਝਟਕਾ ਲੱਗਾ ਤੇ ਕਰੀਬ ਹੀ ਸੈਯਦਾ ਜ਼ੈਨਬ ਵੀ ਬੈਠੀਆਂ ਨੇ ਕੌਣ ਹੈ ਦਿਵਾਲੀ ਦੇ ਗੁਲਾਮੋ ਸੈਯਦਾ ਜ਼ੈਨਬ ਨੇ ਵੇਖਿਆ ਨੌ ਮੁਹਰਮ ਦੀ ਰਾਤ ਸੈਯਦਾ ਜ਼ੈਨਬ ਕਹਿਣ ਲੱਗੀਆਂ ਮੀਰਾ ਖੈਰ ਮੇਰੇ ਆਕਾ ਹੁਸੈਨ ਫਰਮਾਇਆ ਪੈਣਾ ਮੇਰੀ ਅੱਖ ਬੰਦ ਹੋਈ ਸਾਹਮਣੇ ਨਾਨੇ ਦੀ ਸੂਰਤ ਆ ਗਈ ਮੇਰੇ ਨਾਨਾ ਜਾਨ ਫਰਮਾਉਂਦੇ ਨੇ ਪੁੱਤਰ ਹੁਸੈਨ ਤਿਆਰੀ ਕਰ ਲੈ ਸੁਭਾ ਉਹ ਵੇਲਾ ਆ ਗਈ ਜਿਹਦੀਆਂ ਤੈਨੂੰ ਬਸ਼ਾਰਤਾਂ ਦਿੰਦਾ ਰਿਹਾ ਪੁੱਤਰਾ ਸੁਭਾ ਦਿਨ ਚੜੇਗਾ ਤੇਰੀਆਂ ਅੱਖਾਂ ਦੇ ਸਾਹਮਣੇ ਅਕਬਰ ਦੇ ਸੀਨੇ 'ਚ ਤੀਰ ਵੱਜਣਾ ਏ ਪੁੱਤਰਾ ਤੇਰੀਆਂ ਅੱਖਾਂ ਦੇ ਸਾਹਮਣੇ ਅੱਬਾਸ ਦੇ ਬਾਦੂ ਕਲਮ ਹੋ ਜਾਣਗੇ ਮੇਰੇ ਆਕਾ ਹੁਸੈਨ ਫਰਮਾਇਆ ਨਾਨਾ ਜਾਨ ਦੀ ਸੂਰਤ ਸਾਹਮਣੇ ਆਈ ਏ ਮੇਰੇ ਨਾਨਾ ਜਾਨ ਫਰਮਾਉਂਦੇ ਨੇ ਪੁੱਤਰ ਹੁਸੈਨ ਤਿਆਰੀ ਕਰ ਲੈ ਜਿਹੜੇ ਵੇਲੇ ਦੀਆਂ ਬਸ਼ਾਰਤਾਂ ਦਿੰਦਾ ਰਿਹਾ ਸੁਭਾ ਉਹ ਵੇਲਾ ਆ ਗਿਆ ਈ ਜਦੋਂ ਸੈਯਦਾ ਜ਼ੈਨਬ ਨੇ ਸੁਣਿਆ ਅੱਜ ਆਖਰੀ ਰਾਤ ਏ ਆਕਾ ਹੁਸੈਨ ਦਾ ਬਾਦੂ ਪਕੜ ਕੇ ਖੇਮੇ 'ਚ ਲੈ ਗਈਆਂ ਤੇ ਕਹਿੰਦੀ ਏ ਵੀਰਾ ਆ ਜਾ ਜ਼ਰਾ ਬਹਿ ਕੇ ਗੱਲਾਂ ਕਰ ਲਈਏ ਸੈਯਦਾ ਜ਼ੈਨਬ ਆਕਾ ਹੁਸੈਨ ਦੇ ਨਾਲ ਗੱਲਾਂ ਪਈ ਕਰਦੀ ਏ ਕਦੇ ਆਪਣੇ ਬਾਪ ਮੌਲਾ ਅਲੀ ਦੀਆਂ ਗੱਲਾਂ ਕਰਦੀ ਏ ਕਦੇ ਆਪਣੀ ਮਾਂ ਸੈਯਦਾ ਫਾਤਿਮਾ ਦਾਰਾ ਦੀਆਂ ਗੱਲਾਂ ਕਰਦੀ ਏ ਕਦੇ ਨਾਨੀ ਖਦੇਜਾ ਦੀਆਂ ਗੱਲਾਂ ਹੋ ਰਹੀਆਂ ਕਦੇ ਆਪਣੇ ਨਾਨਾ ਮੁਹੰਮਦ ਦੀਆਂ ਗੱਲਾਂ ਕਰੀ ਜਾ ਰਹੀ ਸਾਰੀ ਰਾਤ ਸੈਯਦਾ ਜ਼ੈਨਬ ਆਪਣੇ ਵੀਰ ਦੇ ਨਾਲ ਗੱਲਾਂ ਕਰਦਿਆਂ ਗੁਜ਼ਾਰੀ ਤੇਰੇ ਆਕਾ ਹੁਸੈਨ ਫਰਮਾਇਆ ਜ਼ੈਨਬ ਪੈਣਾ ਸੁਭਾ ਦਿਨ ਚੜ੍ਹਨਈ ਤੇ ਜੰਗ ਦਾ ਮੈਦਾਨ ਸਜਣਾ ਏ ਜ਼ੈਨਬ ਦੱਸ ਮੇਰੇ ਨਾਲ ਕਿੰਜ ਦਾ ਸਲੂਕ ਕਰੇਗੀ ਸੈਯਦਾ ਜ਼ੈਨਬ ਕਹਿਣ ਲੱਗੀ ਵੀਰਾ ਜੇ ਤੂੰ ਅਲੀ ਦਾ ਪੁੱਤਰ ਏ ਮੈਂ ਵੀ ਅਲੀ ਦੀ ਬੇਟੀ ਆ ਵੀਰਾ ਮੈਂ ਤੇਰੇ ਨਾਲ ਵਾਅਦਾ ਕਰਨੀ ਆ ਜੇ ਪਰਦੇਸੀ ਤੂੰ ਏ ਪਰਦੇਸੀ ਮੈਂ ਆ ਵੀਰਾ ਪਿਆਸੀ ਤੇ ਪਿਆਸਾ ਤੂੰ ਏ ਪਿਆਸੀ ਮੈਂ ਆ ਸੁਭਾ ਦਿਨ ਚੜੇਗਾ ਜੰਗ ਸ਼ੁਰੂ ਹੋਵੇਗੀ ਜੋੜੀ ਤੂੰ ਦੇਵੇਗਾ ਜੋੜੀ ਮੈਂ ਸੈਯਦਾ ਜ਼ੈਨਬ ਆਪਣੇ ਵੀਰ ਆਕਾ ਹੁਸੈਨ ਦੇ ਨਾਲ ਗੱਲਾਂ ਕਰਦੀ ਏ ਮੇਰੇ ਆਕਾ ਹੁਸੈਨ ਫਰਮਾਇਆ ਜ਼ੈਨਬ ਪੈਣਾ ਉਸ ਮਾਂ ਦੀ ਬੇਟੀ ਏ ਜਿਹਦੇ ਸਿਰ ਦਾ ਵਾਲ ਨੰਗਾ ਹੋਏ ਹਯਾ ਦਾ ਮਾਰਾ ਸੂਰਜ ਬਾਹਰ ਨਹੀਂ ਆਉਂਦਾ ਪੈਣਾ ਪਰਦੇ ਦਾ ਖਿਆਲ ਰੱਖਣਾ ਈ ਸੈਯਦਾ ਜ਼ੈਨਬ ਕਹਿਣ ਲੱਗੀ ਵੀਰਾ ਮੈਂ ਤੇਰੇ ਨਾਲ ਵਾਅਦਾ ਕਰਨੀ ਆ ਤੇਰੇ ਕੋਲ ਬਾਪ ਅਲੀ ਦੀ ਦਸਤਾਰ ਮੇਰੇ ਕੋਲ ਮਾਂ ਫਾਤਿਮਾ ਦੀ ਚਾਦਰ ਦਸਤਾਰ ਤੂੰ ਨਾ ਡਿੱਗਣ ਦੇਵੀ ਚਾਦਰ ਮੈਂ ਨਾ ਲੈਣ ਦਿਆਂਗੀ ਸੈਯਦਾ ਜ਼ੈਨਬ ਆਪਣੇ ਵੀਰ ਦੇ ਨਾਲ ਸਾਰੀ ਰਾਤ ਗੱਲਾਂ ਕਰਦਿਆਂ ਗੁਜ਼ਾਰੀ ਜਦੋਂ ਸਰਗੀ ਦਾ ਵੇਲਾ ਕਰੀਬ ਆਇਆ ਸੂਰਜ ਨਮੂਦਾ ਰੋਣ ਲੱਗਾ ਤੇ ਸੈਯਦਾ ਜ਼ੈਨਬ ਆਸਮਾਨਾਂ ਵੱਲ ਵੇਖ ਕੇ ਕਹਿੰਦੀ ਏ ਸ਼ਾਲਾ ਰਾ ਤੂੰ ਮੁਹੱਰਮ ਵਾਲੀ ਇੱਥੇ ਸਹਿ ਬਰਿਆਦੀ ਮੇਰੇ ਆਕਾ ਹੁਸੈਨ ਨੇ ਜਮਾਤ ਕਰਾਈ ਤੇ ਜਮਾਤ ਕਰਾ ਕੇ ਫਰਮਾਉਂਦੇ ਨੇ ਅਕਬਰ ਬੇਟਾ ਜੀ ਬਾਬਾ ਫਰਮਾਇਆ ਪੁੱਤਰਾ ਤੂੰ ਮੇਰੇ ਕਾਫਲੇ ਦਾ ਸਿਪਾ ਸਲਾਰੇ ਜਾ ਤੇਰਾ ਮੈਦਾਨੇ ਜੰਗ ਨੂੰ ਵੇਖ ਕੇ ਤੇ ਆਣਾ ਜਿੱਥੇ ਜੰਗ ਲੜਨੀ ਹੈ ਜਾਦਰਾ ਕਰਬਲਾ ਦਾ ਮੈਦਾਨ ਵੇਖ ਕੇ ਆ ਹਜ਼ਰਤ ਸ਼ਹਿਜ਼ਾਦਾ ਅਲੀ ਅਕਬਰ ਕਰਬਲਾ ਦਾ ਮੈਦਾਨ ਵੇਖਣਗੇ ਤੇ ਰੋਂਦੇ ਵਾਪਸ ਆ ਰਹੇ ਅੱਖਾਂ ਚੋਂ ਅੱਥਰੂ ਜਾਰੀ ਨੇ ਰੋਂਦੇ ਵਾਪਸ ਆ ਰਹੇ ਮੇਰੇ ਆਕਾ ਹੁਸੈਨ ਨੇ ਪੁੱਤਰ ਰੋਂਦਾ ਵੇਖਿਆ ਤੇ ਪੁੱਤਰ ਨੂੰ ਸੀਨੇ ਲਾ ਲਿਆ ਕੌਣ ਹੈ ਦੀਵਾਨੀ ਦੇ ਗੁਲਾਮੋ ਫਰਮਾਇਆ ਅਕਬਰ ਬੇਟਾ ਕਿਉਂ ਰੋਣਾ ਹੈ ਅਰਦ ਕੀਤੀ ਬਾਬਾ ਮੈਂ ਕਰਬਲਾ ਦਾ ਮੈਦਾਨ ਵੇਖ ਕੇ ਆਇਆ ਵਾਂ
बाबा रे हजार जमीन मेरे आका हुसैन फरमाया अकबर बेटा रोण की वजह की है अर्द की बाबा मैं वेखी आई एक माई चिट्टा बुरका पाया आई जड़ी करबला का मैदान भी साफ कर दी है निके निके कंकर भी चुक दी है अर्द की बाबा माई करबला पुत्र बड़े प्यारे लगते नी मेरी मां को पता सुबह दिन चढ़ना है इथे अकबर दे सीने च तीर बजना है सुबह दिन चढ़ेगा इथे अब्बास दे बादू कलम आणगे इथे खूनी तलू होवेगी इथे ज़ैनब दे पुत्र शहीद आणगे पुत्रा मेरी मां करबला दा रेगदार साफ कर चली है जो मेरे पुत्र ते पोतरे तलवारा खा के सवारी तो थले और किधरे कंकर ना वज गए फरमाया पुत्रा मेरी माँ सी जड़ी करबला दे मैदान च झाड़ू पई दे दिए मामा वाले लेकिन जिम्मे जिम्मे करबला के मैदान च लाशे बढ़ते जा रहे उमे उमे हुसैन का सबर भी बढ़ता जा रहा है अगर साढ़े घर च एक मैयत पई हो तो सारी रात नींद नहीं आती वाह हुसैन तेरी अजमत तो सदके जावा करबला च जाना की बाजी ला के ना तो फिर भी आसमाना वल वेख के कहता यार जिम्मे तू राधी है हुसैन उमे राधी है याला जी मैं तू राधी है हुसैन उनकी राधी है अदीदान के रामिया कदर तो एक एक करके सारे कुर्बान हुए तो मेरे आका हुसैन खैमे चाहे ना तो मेरे हुसैन ने पाक ने देखा छह महीने का लाल है हजरत शहजादा अली असगर मां दी गोदी है ते प्यास दी शिद्दत है कदे जुबान कड़ दे ते कदे मुंह च खड़ दे ते मां कह लगी आ मेरा छह महीने का पुत्र है इनू ते जंग दा भी नहीं पता इनू इन करो लै जाओ ते हो सकदा किसी औलाद वाले नु तरस आ जाए मेरे आका हुसैन फरमाए मैं ते रब दी रज़ा मन के बैठा जे करबला दी जमीन ते अड्डी मारा ते पानी दे चश्मे जारी हो जाहां इस्माइल अड्डी मारे ते पानी दे चश्मे आ सकदे ने मैं उस नाने मुहम्मद दी जुबान चूसदा रहा जेड़ा उंगलां चो पानी दे चश्मे जारी करदा है मैं पानी लैण नहीं आया मैं ते रब दी रज़ा लई आया फिर भी मैं लै जाना ए ना होवे कियामत नु यजीदी कहन सानू पता ही नहीं सी कि हुसैन दे लश्कर च छे महीने दा बच्चा भी आया मैं लैके जाना ताकि हुज्जत पूरी हो जाए मेरे आका हुसैन ने पुत्र नु एन करके लेके चले ना ते जदो एन गोदी शहजादा अली असगर नु चुकया ते जदो एन करके खैमे दी नुक्कर दी ओले चाहे ना ते पिछो सकीना वाद मार के कहंदी बाबा ठहरी मेरे आका हुसैन रुके सैयदा सकीना लिया के चादर अली असगर ते पा दित्ती बाबा गरम लो दे थपेड़े पे चलदे ने कदे मां दी गोदी चो पुत्र दूर नहीं होया इत मां दी गोदी च रहण वाला ही इक गरम लो दे थपेड़े पे चलदे ने किधरे नन्ना जिहा फुल कमला ना जाए ਇਹਨ ਕਰਕੇ ਲਪੇਟਿਆ ਨਾ ਤੇ ਲਪੇਟ ਕੇ ਹਜ਼ਰਤ ਸ਼ਹਿਜ਼ਾਦਾ ਅਲੀ ਅਸਗਰ ਨੂੰ ਲੈ ਕੇ ਕਰਬਲਾ ਦੇ ਮੈਦਾਨ ਵੱਲ ਆਕਾ ਹੁਸੈਨ ਜਾ ਰਹੇ ਉਧਰ ਯਜ਼ੀਦੀ ਆਵਾਜ਼ਾਂ ਮਾਰ ਕੇ ਕਹਿਣ ਲੱਗੇ ਲੱਗਦਾ ਹੁਸੈਨ ਲਾਸ਼ਾਂ ਚੁੱਕ ਚੁੱਕ ਕੇ ਥੱਕ ਗਏ ਤੇ ਸੁਲਾ ਵਾਸਤੇ ਕੁਰਾਨ ਲਈ ਆਉਂਦਾ ਹੈ ਤੇ ਬੈਤ ਦਾ ਮੁਤਾਲਬਾ ਕਰਿਓ ਜੇ ਬੈਤ ਕਰੇ ਤੇ ਠੀਕ ਹੈ ਨਹੀਂ ਤੇ ਮਾਜ਼ ਅੱਲਾ ਕੁਰਾਨ ਦਾ ਵੀ ਹਯਾ ਨਾ ਕਰਿਓ ਤੀਰਾਂ ਦਾ ਮੀਂਹ ਬਰਸਾ ਦਿਓ
میرے آقا حسین اپنے پتر نو لے کے آئے نا تے کہہ لگے حسین قرآن لے کے آئے ہیں علی دلال نے این کر کے پتر دے چہرے تو کپڑا چکیا تے کپڑا چک کے فرمایا میں 6 مہینے دا اصغر لے کے آیا ہے کوئی صاحب اولاد جنوں پتر میرے تے ترس آوے آواز آئی حسین یزید دی بیعت کر جے بیعت کر لی ٹھیک ہے نہیں تے جنگ واسطے تیار ہو جا کتب تواریخ وچ لکھیا میرے آقا حسین نے شہزادہ علی اصغر ول ویکھیا فرمایا پترا جے پانی پینے تے بیعت کرنی پینی ہے سی چھوٹا تے گل وٹی کر گیا این کر کے شہزادہ علی اصغر نے سر ہلا دیتا بابا اسا پانی نہیں پینا پر یزیدیاں دی بیعت نہیں کرنی ادھر آقا حسین نے اینی گل کیتی نا تے ادھر حرملہ جڑا بڑا تیر باز تے نشانے باز ہے یزیدی لشکر چوں بعد ای حرملہ تیرا نشانہ بڑا ہی تیر مار حسین دے پتر نو کون ہے دیوانی دے غلاموں ادھر انعام دا اعلان کیتا جا رہی ہے یزیدی لشکر چوں بعد ای حرملہ تیرا نشانہ بڑا ہے حسین دے پتر ول تیر چلا حسین پتر دا خون آسمان والا نہ سٹی زمین دے سٹن لگی آباد آئی پتر دا خون زمین دے بھی نہ سٹی میرے آقا حسین اینج کر کے اپنے چہرے تے لے لیا تے پتر دے حلق جو تیر کچ کے خیمے ول جا رہے تے نالے کہندے جا رہے جا ظالما حرملا بئی مانا حلق جو کھچ دے تیر تائیں میرے آقا حسین پتر دی لاش خیمیاں چ لے کے سیدہ سکینہ نے علی اصغر نو گودی چ لے لیا کہندی بھوپی اماں لگدا اے ویر نو پانی مل گیا اے جدوں پاپا جان لے کے گئے سن پیاس دی شدت دے نال پیا تڑفدا سی بھوپی اماں میرا ویر لاؤں پیا کردا اے میرے آقا حسین بیٹی دے سر تے یاد لگیا فرمایا بیٹی تیرا ویر نانے دے حوضے کو سردا مہمان بن گیا اے اصغر نو گودی چ لے کے فرمایا چل اصغر پترا میں صبح تو لے کے ہن تک کسے دی قبر بھی نہیں بنائی پترایا میں تیری قبر بھی بنا جاواں میرے آقا حسین پتر دی لاش کربلا دے گلب ریگدار تے لے کے اے کر کے علی اصغر دی قبر بنا لئی 6 مہینے دے پتر دی لاش قبر دے اندر رکھی اے کر کے بھوک ریت دی پری کربلا دی گلب ریت جدوں پتر دے منہ تے پا لگے حوصلہ نہ پیا تے مدینے ول چہرہ کر کے عرض کیتی نانا موڈیاں تے چکنا
जा सौखाई छे महीने दे पुत्र दे चेहरे ते गरम रेत पानी औखी रोग कदे बाबा भी मां चखियां पी पी के पालना सौखाई छे महीने दे पुत्र दे चेहरे ते गरम रेत पानी औखी फलस्तीन वल चेहरा करके अर्ज कीती दादा इब्राहिम अखां ते पट्टी बंध के मीना दी वादी ते लटा के छुरी चलानी सौखी छे महीने दे पुत्र दे चेहरे ते गरम रेत पानी औखी दरिया का हुसैन अली असगर दे चेहरे ते रेत पा के नन्नी दी कबर बना दीती आसमाना वल वेख अर्ज कीती आला हुसैन दे गुलशन दा निका दिया फुल रह गया सी ओ भी तेरी रात मार दीते जे तू फिर भी राधी हो जाए सौदा महंगा कोई ਲੈਗੇ 15 ਤੇ ਇਹ ਵਾਕਿਆ ਕਰਬਲਾ ਇਹ ਤੇ ਬੜਾ ਤਵੀਲ ਹੈ ਉਲਮਾ ਤੁਸੀਂ ਫਰਮਾਨੇ ਕੁਤਬੇ ਤਵਾਰੀਖ ਦਾ ਮੁਤਾਲਾ ਕਰੀ ਜਾਓ ਤੇ ਕਰਬਲਾ ਦੀ ਦਾਸਤਾਨ ਇਹ ਮੇਰੇ ਵਾਸਤੇ ਦੀ ਗੱਲ ਵੀ ਨਹੀਂ ਮੈਂ ਸੁਣਾ ਸਕਾਂ ਤੇ ਤੁਹਾਡੇ ਵਾਸਤੇ ਦੀ ਗੱਲ ਵੀ ਨਹੀਂ ਕਿ ਤੁਸੀਂ ਸੁਣ ਸਕੋ ਮੈਨੂੰ ਸੰਗੀ ਕਹਿ ਰਹੇ ਨੇ ਹਜ਼ਰਤ ਗੌਸੇ ਪਾਕ ਰਜ਼ੀ ਅੱਲਾਹੁ ਤਾਲਾ ਨੂੰ ਆਪ ਦੀ ਸੀਰਤ ਤਈਬਾ ਦੇ ਹਵਾਲੇ ਨਾਲ ਵੀ ਇੱਕ ਦੋ ਬਾਤਾਂ ਕਰਿਆ ਜੇ ਅਦੀਦਾਨੇ ਗ੍ਰਾਮੀ ਕਦਰ ਹਜ਼ੂਰ ਗੌਸੇ ਪਾਕ ਰਜ਼ੀ ਅੱਲਾਹੁ ਤਾਲਾ ਨੂੰ ਆਪ ਉਹ ਹਸਤੀ ਬਾਲਾ ਮਕਾਨ ਨੇ ਜਿਹਦੇ ਨਜ਼ੀਬ ਮੁਤਰਫੈਨ ਸੈਯਦ ਨੇ ਹਸਨੀ ਤੇ ਹੁਸੈਨੀ ਸੈਯਦ ਹਸਨੀ ਤੇ ਹੁਸੈਨੀ ਸੈਯਦ ਹਜ਼ੂਰ ਗੌਸੇ ਪਾਕ ਰਜ਼ੀ ਅੱਲਾਹੁ ਤਾਲਾ ਨੂੰ ਆਪ ਦੇ ਬਾਬਾ ਜਾਨ ਹਜ਼ਰਤ ਸ਼ੇਖ ਅਬੂ ਸਾਲੇ ਮੂਸਾ ਜੰਗੀ ਦੋਸਤ ਰਹਿਮਤੁੱਲਾ ਤਾਲਾ ਨੇ ਨਦੀ ਦੇ ਕਿਨਾਰੇ ਕਿਨਾਰੇ ਜਾ ਰਹੇ ਤੇ ਰੋਜ਼ੇ ਦੀ ਹਾਲਤ ਹੈ ਤੇ ਰੋਜ਼ਾ ਰੱਖੇ ਹੈ ਅਫਤਾਰੀ ਦਾ ਵਕਤ ਕਰੀਬ ਆਇਆ ਤੇ ਖਾਣ ਨੂੰ ਕੋਲ ਕੁਝ ਨਹੀਂ ਇਹਨ ਕਰਕੇ ਨਦੀ ਚ ਜਾਤੀ ਮਾਰੀ ਨਾ ਤੇ ਇੱਕ ਸੇਬ ਰੁੜਦਾ ਜਾ ਰਿਹਾ ਹੈ ਸੇਬ ਪਕੜਿਆ ਉਹਨੂੰ ਖਾ ਕੇ ਤੇ ਹਜ਼ੂਰ ਗੌਸੇ ਪਾਕ ਦੇ ਅੱਬਾ ਜਾਨ ਨੇ ਰੋਜ਼ਾ ਇਫਤਾਰ ਕਰ ਲਿਆ ਰੋਜ਼ਾ ਇਫਤਾਰ ਕੀਤਾ ਤੇ ਦਿਲ ਚ ਖਿਆਲ ਆਇਆ ਅਬੂ ਸਾਲੇ ਸੇਬ ਤੇ ਖਾ ਲਿਆ ਤੇ ਜਿਹਦੇ ਬਾਗ ਦਾ ਖਾਧਾ ਹੀ ਉਹਦੇ ਕੋਲੋਂ ਤੇ ਪੁੱਛਿਆ ਹੀ ਨਹੀਂ ਤੇ ਜੇ ਕਿਆਮਤ ਨੂੰ ਸਵਾਲ ਹੋਇਆ ਤੇ ਉੱਥੇ ਕੀ ਜਵਾਬ ਦੇਵੇਂਗਾ حضرت شیخ ابو صالح رحمتہ اللہ تعالی علیہ آپ ندی دے کنارے کنارے اوتھر نو تر پے جتھوں سیب رڑدا آیا ہے تے آ کے ویکھیا کہ ندی دے کنارے تے ایک باغ ہے تے ایک سیب دا درخت تے اودیاں شاخاں این کر کے نا اس ندی دے اندر لٹکیاں تے خیال آیا اے تے سیب ٹٹ کے گیا جڑا میں کھادا ہے پتہ لوایا باغ کی دا ہے تے پتہ لگا اے باغ حضرت عبداللہ سومائی دا باغ ہے اے بھی کوئی عام بابا نہیں مستجاب الدعوات ولی ہے ਇਹ ਵੀ ਰੱਬ ਦਾ ਵਲੀ ਹੈ ਹਜ਼ਰਤ ਗੌਸੇ ਪਾਕ ਦੇ ਅੱਬਾ ਜਾਨ ਆ ਗਏ ਨਾ ਤੇ ਆ ਕੇ ਦਰਵਾਜ਼ਾ ਖੜਕਾਇਆ ਤੇ ਹਜ਼ਰਤ ਅਬਦੁੱਲਾ ਸੋਮਾਈ ਬਾਹਰ ਆਏ ਸੈਯਦ ਨੇ ਸੈਯਦ ਨੂੰ ਵੇਖਿਆ ਤੇ ਜਦੋਂ ਮੱਥੇ ਤੇ ਨਿਗਾਹ ਪਈ ਨਾ ਤੇ ਮੱਥੇ ਵਿੱਚ ਵਲਾਇਤ ਦਾ ਨੂਰ ਪਿਆ ਚਮਕਦਾ ਇਮਾਨਦਾਰੀ ਨਾਲ ਦੱਸੋ ਉਹ ਕਿੱਡਾ ਕੁ ਸੋਹਣਾ ਹੋਵੇਗਾ ਜਿਹੜਾ ਗੌਸ ਪਾਕ ਦਾ ਵੀ ਅੱਬੂ ਹੈ ਉਹ ਕਿੱਡਾ ਕੁ ਹਸੀਨੋ ਜਮੀਲ ਹੋਵੇਗਾ ਜਿਹੜਾ ਗੌਸ ਪਾਕ ਦਾ ਵੀ ਬਾਬਾ ਲੱਗਦਾ ਮੱਥੇ ਚ ਵਲਾਇਤ ਦਾ ਨੂਰ ਪਿਆ ਚਮਕੇ ਤੇ ਸੈਯਦ ਨੇ ਸੈਯਦ ਨੂੰ ਵੇਖਿਆ ਹਜ਼ੂਰ ਗੌਸੇ ਪਾਕ ਦੇ ਮਾਪੇ ਦਾ ਮੱਤਾ ਕਿੱਡਾ ਸੋਹਣਾ ਸੂਰਜ ਵਾਂਗ ਨੂਰਾਨੀ ਮੱਥਾ ਨੂਰ ਵੇਖਿਆ ਤੇ ਖਿਆਲ ਆਇਆ ਇਹ ਕੋਈ ਆਮ ਬੰਦਾ ਨਹੀਂ ਇਹਨੂੰ ਚੈੱਕ ਤੇ ਕਰਾਂ ਇਹ ਚੀਜ਼ ਕੀ ਹਜ਼ਰਤ ਅਬਦੁੱਲਾ ਸੋਮੀ ਫਰਮਾਨ ਲੱਗੇ ਨੌਜਵਾਨਾ ਮਾਫੀ ਇੰਜ ਨਹੀਂ ਮਿਲਣੀ 12 ਸਾਲ ਮੇਰੇ ਬਾਗਾਂ ਦੀ ਗੋਡੀ ਕਰਨੀ ਪਵੇਗੀ ਫਿਰ ਸੇ ਦੀ ਮਾਫੀ ਮਿਲੇਗੀ ਕੌਣ ਹੈ ਤੇ ਵਾਦੀ ਤੇ ਗਲਾਮਾਂ
ਮੌਸੇ ਪਾਕ ਦੇ ਬਾਬਾ ਜਾਨ ਪਰਮਾਇਆ ਮੈਨੂੰ ਸ਼ਰਤ ਮਨਜ਼ੂਰ ਹੈ ਪਰ ਸੇ ਦੀ ਮਾਵੀ ਦੁਨੀਆ ਤੇ ਲੈ ਦਿਆ ਗੇ ਪਾਉਨੇ ਤੇ ਬਾਦੀ ਦੇ ਗਲਾਮੋ ਪਾਕਾ ਦੀ ਗੋਡੀ ਕਰਨਾ ਸ਼ੁਰੂ ਹੋਏ ਦਿਨ ਰਾਤ ਆਪਣੇ ਪਾਕਾ ਦੇ ਅੰਦਰ ਕੰਮ ਕਰਦਿਆਂ ਰਹਿਣਾ ਤਾਰੇ ਕਹਿੰਦਿਆਂ ਰਹਿਣਾ ਬਾਗ ਬਹਾਰਾ ਇੱਥੇ ਗੁਲਜ਼ਾਰਾ ਜਾਨ ਹਜ਼ਾਰਾਂ ਤੇ ਮੈਂ ਸ਼ੁਕਰ ਕਰਾਂ ਲੱਖ ਵਾਰੀ ਹਜ਼ੂਰ ਗੌਸੇ ਪਾਕ ਦੇ ਬਾਬਾ ਜਾਨ ਨੇ ਪਾਕਾਂ ਦੀਆਂ ਰਾਖੀਆਂ ਕਰਨੀਆਂ ਜਦੋਂ 12 ਸਾਲ ਗੁਜ਼ਰ ਗਏ ਆਪ ਹਜ਼ਰਤ ਅਬਦੁੱਲਾ ਸੋਮਈ ਦੀ ਬਾਰਗਾਹ ਦੇ ਅੰਦਰ ਆ ਗਏ ਅਰਦ ਕੀਤੀ ਲਜਪਾਲਾ 12 ਸਾਲ ਪੂਰੇ ਹੋ ਗਏ ਦੱਸੋ ਸੇ ਦੀ ਮਾਵੀ ਮਿਲੀ ਹੈ ਕਿ ਨਹੀਂ ਮਿਲੀ ਹਜ਼ਰਤ ਅਬਦੁੱਲਾ ਸੋਮੀ ਪਰਮਾਨ ਲੱਗੇ ਜੇ ਸੇ ਦੀ ਮਾਵੀ ਲੈਣੀ ਹੈ ਇੱਕ ਸ਼ਰਤ ਹੋਰ ਬਾਕੀ ਹੈ ਅਰਦ ਕੀਤੀ ਲਜਪਾਲਾ ਉਹ ਕਿਹੜੀ ਸ਼ਰਤ ਬਾਕੀ ਰਹਿ ਗਈ ਤੇ ਹਜ਼ਰਤ ਅਬਦੁੱਲਾ ਸੋਮੀ ਪਰਮਾਨ ਲੱਗੇ ਮੇਰੀ ਬੇਟੀ ਹੈ ਜਿਹੜੀ ਅੱਖਾਂ ਤੋਂ ਨਬੀਨੀ ਹੈ ਜਿਹੜੀ ਕੰਨਾਂ ਤੋਂ ਬੋਲੀ ਹੱਥਾਂ ਤੇ ਪੈਰਾਂ ਤੋਂ ਲੂਲੀ ਤੇ ਲੰਗੜੀ ਹੈ ਤੈਨੂੰ ਮੇਰੀ ਬੇਟੀ ਦੇ ਨਾਲ ਸ਼ਾਦੀ ਕਰਨੀ ਪਵੇਗੀ ਫਿਰ ਤੈਨੂੰ ਸੇਬ ਦੀ ਮਾਫੀ ਅਦਾ ਕਰਾਂਗਾ ਹਜ਼ਰਤ ਗੌਸੇ ਪਾਕ ਦੇ ਅੱਪਾ ਜਾਨ ਨੇ ਅਰਜ਼ ਕੀਤੀ ਲਜਪਾਲਾ ਇਹ ਵੀ ਸ਼ਰਤ ਮਨਜ਼ੂਰ ਹੈ ਪਰ ਸੇ ਦੀ ਮਾਫੀ ਦੁਨੀਆ ਤੇ ਲੈ ਦਿਆ ਜੇ ਬਾਲੀ ਦੇ ਗੁਲਾਮੋਂ ਸ਼ਾਦੀ ਹੋ ਗਈ ਅਤੀ ਰਾਤ ਵੇਲਾ ਤੇ ਗੌਸੇ ਪਾਕ ਦੇ ਬਾਬਾ ਜਾਨ ਕਮਰੇ ਅਰੂਸੀ ਦੇ ਅੰਦਰ ਆ ਗਏ ਆ ਕੇ ਵੇਖਿਆ ਪਲੰਗ ਤੇ ਸੈਯਦ ਜ਼ਾਦੀ ਬੈਠੀ ਹੈ ਹੁਸਨ ਵੇਖ ਕੇ ਜਲਦੀ ਦੇ ਨਾਲ ਕਮਰੇ ਚੋਂ ਬਾਹਰ ਆ ਗਏ ਤੇ ਆ ਕੇ ਹਜ਼ਰਤ ਅਬਦੁੱਲਾ ਸੋਮੀ ਨੂੰ ਕਹਿਣ ਲੱਗੇ ਲਜਪਾਲਾ ਤੁਸੀਂ ਤੇ ਆ ਕੇ ਬੇਟੀ ਅੱਖਾਂ ਤੋਂ ਨਬੀਨੀ ਹੈ ਤੁਸੀਂ ਆ ਕੇ ਅਸੀਂ ਬੇਟੀ ਕੰਨਾਂ ਤੋਂ ਬੋਲੀ ਹੈ ਤੁਸੀਂ ਆ ਕੇ ਅਸੀਂ ਹੱਥਾਂ ਤੋਂ ਟੂਟੀ ਤੇ ਪੈਰਾਂ ਤੋਂ ਲੂਲੀ ਹੈ ਮੈਂ ਤੇ ਵੇਖ ਕੇ ਆਇਆ ਅੰਦਰ ਬੜੀ ਹਸੀਨੋ ਜਮੀਲ ਔਰਤ ਬੈਠੀ ਹੈ ਹਜ਼ਰਤ ਅਬਦੁੱਲਾ ਸੋਮੀ ਫਰਮਾਇਆ ਪੁੱਤਰਾ ਮੈਂ ਤੇਰੇ ਨਾਲ ਝੂਠ ਨਹੀਂ ਬੋਲਿਆ ਮੈਂ ਅੱਖਾਂ ਤੋਂ ਨਬੀਨੀ ਇਸ ਵਾਸਤੇ ਆਖੀ ਮੇਰੀ ਬੇਟੀ ਜਦੋਂ ਦੀ ਪੈਦਾ ਹੋਈ ਹੈ ਅੱਖਾਂ ਦੇ ਨਾਲ ਬੁਰਾਈ ਨਹੀਂ ਵੇਖੀ ਕੰਨਾਂ ਤੋਂ ਬੋਲੀ ਮੈਂ ਤਾਂ ਆਖਿਆ ਮੇਰੀ ਬੇਟੀ ਨੇ ਕਦੇ ਕੰਨਾਂ ਦੇ ਨਾਲ ਬੁਰੀ ਗੱਲ ਨਹੀਂ ਸੁਣੀ ਹੱਥਾਂ ਤੋਂ ਟੁੱਟੀ ਮੈਂ ਤਾਂ ਆਖਿਆ ਕਦੇ ਮੇਰੀ ਬੇਟੀ ਨੇ ਹੱਥਾਂ ਦੇ ਨਾਲ ਗੁਨਾਹ ਨਹੀਂ ਕੀਤਾ ਤੇ ਪੈਰਾਂ ਤੋਂ ਦੂਦੀ ਮੈਂ ਤਾਂ ਆਖਿਆ ਕਦੇ ਚੱਲ ਕੇ ਗੁਨਾਹ ਵਾਲੇ ਪਾਸੇ ਵੀ ਨਹੀਂ ਗਈ ਪੁੱਤਰਾ ਜਿੱਡਾ ਤੂੰ ਇਮਾਨਦਾਰ ਹੈ ਇਹੋ ਜੀ ਬੀਵੀ ਤੇਰਾ ਇਨਾਮ ਬਣਦਾ ਹੈ ਬਾਲੀ ਦੇ ਗੁਲਾਮੋ ਜ਼ਰਾ ਇਮਾਨਦਾਰੀ ਦੇ ਨਾਲ ਦੱਸਿਓ ਜਦੋਂ ਮਾਂ ਏਡੀ ਨੇ ਕੋਏ ਬਾਪ ਏਡਾ ਨੇ ਕੋਵੇ ਫਿਰ ਪੁੱਤਰ ਵੀ ਗੌਸ ਪਾਕ ਜੰਮਦੇ ਮਾਂ ਵੀ ਏਡੀ ਨੇਕ ਸੀਰਤ ਬਾਪ ਵੀ ਏਡਾ ਨੇਕ ਸੀਰਤ ਤੇ ਜਿਹੜਾ ਅੱਲਾ ਨੇ ਪੁੱਤਰ ਅਤਾ ਫਰਮਾਇਆ ਉਹ ਪੁੱਤਰ ਫਿਰ ਜ਼ਮਾਨੇ ਦਾ ਗੌਸ ਹੈ ਇਹ ਕੌਣ ਹਜ਼ੂਰ ਗੌਸੇ ਪਾਕ ਰਜ਼ੀ ਅੱਲਾਹੁ ਤਾਲਾ ਅਨਹੁ ਵੀ ਮੈਂ ਆਖਰੀ ਗੱਲ ਅੱਜ ਕਰਾਂ ਵਲੀ ਉਹ ਹੁੰਦਾ ਜਿਹੜਾ ਸਫੀ ਵੀ ਹੋਵੇ ਵਲੀ ਉਹ ਹੁੰਦਾ ਜਿਹੜਾ ਮੇਰੇ ਗੌਸ ਪਾਕ ਦਾ ਦੁਬਾਰਾ ਐਸਾ ਸੀ ਕਿ ਲੋਕ ਭੁੱਖੇ ਆਉਂਦੇ ਸਨ ਤੇ ਰੱਜ ਰੱਜ ਕੇ ਜਾਂਦੇ ਸਨ ਤੇ ਅੱਜ ਵੀ ਵਲੀ ਦੇ ਬੂਹੇ ਤੇ ਚਲਾ ਜਾਓ ਤੇ ਵਲੀ ਖਾਲੀ ਨਹੀਂ ਮੁੜਦਾ ਭੁੱਖਾ ਜਾਵੇ ਤੇ ਬੰਦਾ ਰੱਜ ਕੇ ਆਉਂਦਾ ਵੀ ਯਾਰ ਸਾਡੇ ਘਰ ਤੇ ਦੋ ਮਹਿਮਾਨ ਆ ਜਾਂਦੇ ਸਾਡੇ ਕੋਲ ਸਾਹਮਣੇ ਨਹੀਂ ਜਾਂਦੇ ਨੌਜਵਾਨ ਜਿਹੜਾ ਦਰਿਆ ਦੇ ਕਿਨਾਰੇ ਤੇ ਖਲੋ ਕੇ ਜ਼ਾਰੋ ਕਤਾਰ ਪਿਆ ਰੋਵੇ ਅੱਖਾਂ ਚੋਂ ਅੱਥਰੂ ਜਾਰੀ ਨੇ ਤੇ ਹਜ਼ੂਰ ਗੌਸੇ ਪਾਕ ਕਰੀਬ ਆ ਕੇ ਫਰਮਾਉਂਦੇ ਨੇ ਨੌਜਵਾਨਾਂ ਰੋਣਾ ਕਿਉਂ ਹੈ ਅਰਦ ਕੀਤੀ ਹਜ਼ੂਰ ਮੈਂ ਨਾ ਆਪਣੀ ਗਰੀਬੀ ਤੇ ਪਿਆ ਰੋਣਾ ਮੈਨੂੰ ਮੇਰੀ ਗੁਰਬਤ ਤੇ ਬੜਾ ਹੀ ਰੋਣਾ ਆ ਰਿਹਾ ਹੈ ਹਜ਼ੂਰ ਗੌਸੇ ਪਾਕ ਪਰ ਮੈਂ ਰੋਣ ਵਾਲੀ ਗੱਲ ਕਿਹੜੀ ਹਜ਼ੂਰ ਮੇਰੇ ਕੋਲ ਪੈਸੇ ਨਹੀਂ ਤੇ ਉਹ ਵੇਂਦੇ ਦਰਿਆ 'ਚ ਕਸ਼ਤੀ ਪਈ ਜਾਂਦੀ ਹੈ ਹਜ਼ੂਰ ਗੌਸੇ ਪਾਕ ਪਰ ਮੈਂ ਵੇਖਣਾ ਵਾ ਪਿਆ ਆਂਦਾ ਜੀ ਮੈਂ ਵੀ ਦਰਿਆ ਤੋਂ ਪਾਰ ਜਾਣਾ ਸੀ ਤੇ ਜਿਹੜਾ ਕਸ਼ਤੀ ਚਲਾਉਣ ਵਾਲਾ ਹੈ ਨਾ ਮੇਰਾ ਮੁਹੱਲੇਦਾਰ ਹੈ
पर उन्हें मेनू कश्ती च नहीं बिठाया कि मेरे को पैसे नहीं ने, मैं बगैर पैसे दे जाना चाहता सा, ते मैं ता प्या रोना जे मेरे को पैसे होंगे ते मैं भी दरिया अबूर कर दा, मैं भी दरिया पार कर दा। रो के नौजवान कहता लजपाला मैं की करा रोगा विचों, ये रोग जे डाडा रिश्ते नौजवान रोक कदल जपाला मैं भी दरिया के पार जाना, जेड़ा कश्ती चलाने वाला मेरा मोहल्लेदार है, ते मैं उन्होंने आखिया यारा कश्ती से बैठा के मैनू दरिया पार करा दे, चंद दिन गुजरन गए मैं तेनों पैसे भी दे देवांगा, अरे मेरे को पैसा नहीं मैनू दरिया पार करा दे, ते कश्ती चलाने वाले आखिया जा चला जा सवारी तो करेगा जिदे को पैसे आने, अर्द की लजपाला उन्हें कश्ती के अंदर मैनू सवार नहीं किया, मैं देख लो के पिया रोना वा, अज मेरे को भी पैसे आते मैं दरिया पार कर दा, हजूर गोसे पाक नौजवान नु सीने दे नाल लाया ते सीने ला के कर आने, आके दिरम दे दिनार थैले दे अंदर पावे, ते दिरम दे दिनारा दी थैली भर के दरिया दे किनारे ते आगे, ले आके कश्ती वाले नु फरमान लगे ए अपने कोल रख ले, कश्ती वाला कह लगा बाबा जी तुसी ते कदी कश्ती दे अंदर सफर भी नहीं किया, दसो पैसे क्यों दे गए हो, हजूर गोसे पाक फरमाया पैसे अपने कोल रख ले, जे को माड़ा आ जाए जे को बगैर किराए दे आ जाए ओनू खाली ना मुड़ी, अब्दुल कादर दे पैसे नाल दरिया पार करा दिया, बाबा दे कह गया माला वाले माला वाले सखी नहीं होते ते सखी तकाल नहीं होंदे, माला वाले सखी नहीं होंदे, सखियां माल नहीं होंदे, इत्थे उत्थे दोवीं जहानी सखी कंगाल नहीं होंदे। हजूर गौसे पाक रज़ी अल्लाह तआला नूं आप दीआं तालीमात भी ने, पहली तालीम जिहड़ी हजूर गौसे पाक देंदे सन फरमांदे सन माफ करना सीखो, ते हजूर गौसे पाक दे गुलामो सिर्फ 30-40 देगां पका के भी अच्छा चलो मैं पढ़ देना, ਇਹ ਸਿਰਫ ਦੇਗਾਂ ਪਕਾ ਕੇ ਤੇ ਇਹ ਗੁਲਾਮੀ ਨਹੀਂ ਹਜ਼ੂਰ ਗੌਸ ਪਾਕ ਦੀ, ਬਸ ਹਜ਼ੂਰ ਗੌਸ ਪਾਕ ਦੀ ਤਾਲੀਮਾਂ ਤੇ ਵੀ ਅਮਲ ਕਰਨਾ ਚਾਹੀਦਾ ਹੈ, ਜਿਹੜੀ ਤਾਲੀਮ ਹਜ਼ੂਰ ਗੌਸ ਪਾਕ ਦਿੰਦੇ ਨੇ, ਬਲੀ ਬੇਨਿਮਾਜ਼ੀ ਨਹੀਂ ਹੁੰਦਾ, ਬਲੀ ਸ਼ਰੀਅਤ ਦਾ ਬਗਾਵਤ ਕਰਨ ਵਾਲਾ ਨਹੀਂ ਹੁੰਦਾ, ਬਲੀ ਹੁੰਦਾ ਹੀ ਹੋਵੇ ਜਿਹਦੇ ਇੱਕ ਹੱਥ 'ਚ ਕੁਰਾਨ ਹੋਵੇ ਤੇ ਇੱਕ 'ਚ ਹਦੀਸ ਹੋਵੇ, ਐਨ ਕਰਕੇ ਚੱਲਦਾ ਹੋਵੇ, ਜਿਹੜਾ ਇੱਕ ਇੱਕ ਕਦਮ ਕੁਰਾਨ ਤੇ ਹਦੀਸ ਦੇ ਮੁਤਾਬਕ ਪੁੱਟ ਕੇ ਰੱਖੇ ਉਹਨੂੰ ਬਲੀ ਕਿਹਾ ਜਾਂਦਾ ਹੈ, ਤੇ ਸਾਡੇ ਜਿੰਨੇ ਵੀ ਬਲੀ ਨੇ ਜਾਹਿਲ ਨਹੀਂ, अगर दाता साहब ने देखेगा तो दाता साहब ही तेन कुरान के हाफिज नजर आएंगे, अगर पाक पतन की नगरी का ताजदार बाबा फरीद वेखेगा वह भी तेन कुरान के मुस्तफा के फरमान का दरस देता नजर आएगा, कोई बूटी पीन वाला पीर साडा नहीं, साडे पीर वह ने जिहड़े कुरान का दरस देने वाले या मुस्तफा के फरमान का दरस देने वाले ने, तो असी मनने भी उन्होंने पीरों में हाँ जिहड़े या कुरान वाले या मुस्तफा के फरमान वाले, हुण सुन्नी का अकीदा ईमान की है, सुन्नी खांदा भी मुस्तफा के टुकड़े वे, तो सुन्नी मुस्तफा करीम अलैहि सलाम के गीत भी गाँदा है, तो कौन है दिवाली दा गुलाम कहंदा सदा वसदा तेरा तबाला या
जड़ा मेरे नबी दा लंगर खा के जवान होए हाथ चुक के मेरे नाल नबी करीम दे तुम्हारे दी खैर मांग के आके सदा वसदा रवे तेरा तबाराया रसूल अल्लाह जिथे से तो कमली वाला मेराज ते आ रहे हैं। चलो सरकार का इस्तकबाल करिए ते नाले हजूर दे सिरे पड़िए। हर बंदा अव्वल तो लैके आखिर तक हाथ बुलंद करके मुस्तफा करीम अलैहि सलाम का सिरा पड़ेगा। मैं दुआ करता हूं सरदार कह दिया ओ सारिया हूरानी नबी दा रल मिल ए जिन यार गूंज पै दे आओ सारिया हूरानी नबी दा रल मिल से रात मेरा जिए कमली वाले की ज़ियारत पाइए सुल्तान सयो ओनू सदिया लग रहे मान सयो चलो करन सलामी जाइए आओ सारिया हूरानी नबी दा रल मिल से ना गाइए अल्लाह पाक ने अर्श
عرش سجائے نے در جنت دے کھلوائے نے اللہ پاک نے عرش سجائے نے در جنت دے کھلوائے نے آج عرش دی احمد آئے نے آج جو منگیے سو پائیے آؤ ساری حورانی نبی دا رل مل بسم اللہ الرحمن الرحیم. جناب اعلیٰ کے ہماری یہ دوسری محفل ہے اور محفل بہت اچھی طریقے نال منعقد ہوئی ہے اور تمام اہل محلہ اکٹھے ہو کر آئے ہیں اور ہم ان کا بہت شکریہ ادا کرتے ہیں کہ اس رونق کو آپ نے دوبالا کیا ہے. اعوذ باللہ من الشیطان الرجیم. بسم اللہ الرحمن الرحیم. ठेकेदार अशफाक मेरा नाँ है. असी ये सालाना साड़ी दूसरी महफिल है और माशाल्लाह बहुत प्यारी ये महफिल हुई है. तुसी वेख्या कि मुख्तलिफ नात खां बड़े अच्छे नात खां सन और अलामा आकम नक्शबंदी साहब ने जो खिताब किया है बहुत खूबसूरत उन्होंने खिताब किया है. तो अल्लाह ताला ये साड़ी महफिल कबूल करे और इन लोगों का सब दा आना भी अल्लाह ताला कबूल करे. आमीन.